ਸੋ ਅੱਜ ਆਉਣ ਵਾਲੀ ਜਨਰੇਸ਼ਨ ਉਹਨਾਂ ਨੂੰ ਜਿੱਦਾਂ ਨਹੀਂ ਪਤਾ ਇਸ ਚੀਜ਼ ਬਾਰੇ ਕਿ ਉਸ ਟਾਈਮ ਕੀ ਹੋਇਆ ਸੀ, ਤਾਂ ਆਈ ਥਿੰਕ ਉਹਨਾਂ ਲਈ ਵੀ ਇੱਕ ਬਹੁਤ ਵਧੀਆ ਮੈਸੇਜ ਹੋਊਗਾ। ਇੱਕ ਬਜ਼ੁਰਗ ਦਾ ਕੈਰੈਕਟਰ ਕਰਨਾ, ਇਹਦੇ ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਗੁਰਸ਼ਰਨ ਭਾਅ ਜੀ ਨੂੰ ਥੋੜ੍ਹਾ ਜਿਹਾ ਅੰਡਰਸਟੈਂਡ ਕਰਨ ਦੀ। ਭਾਅ ਜੀ ਨਾਲ ਮੈਂ ਬੜਾ ਵਕਤ ਬਿਤਾਇਆ, ਮੈਂ ਕੋਸ਼ਿਸ਼ ਕੀਤੀ ਕਿ ਭਾਅ ਜੀ ਹੋਰਾਂ ਦੀ ਗੱਲ ਹੈ, ਗੁਰਸ਼ਰਨ ਭਾਅ ਜੀ ਦੀ ਗੱਲ ਆ, ਉਹ ਇੱਦਾਂ ਦੀ ਗੱਲ ਕਰਦੇ ਸੀ। ਅਤੇ ਇੱਕ ਜੋ ਲੈਂਦੇ ਔਰ ਚੜ੍ਹਦੇ ਪੰਜਾਬ ਦੀ ਜੋ ਇੱਕ ਕਹਾਣੀ ਹੈ, ਮੈਨੂੰ ਲੱਗਦਾ ਇਸ ਮੂਵੀ ਦਾ ਹਿੱਸਾ ਬਣਨੀ ਮੇਰੇ ਲਈ ਵਧੀਆ ਗੱਲ ਆ। ਵਧੀਆ ਸਕ੍ਰਿਪਟ ਹੈ, ਵਧੀਆ ਕਹਾਣੀ ਹੈ, ਵਧੀਆ ਕਿਰਦਾਰ, ਖਾਸ ਕਰਕੇ ਸਾਡੇ ਜਿਹੜਾ ਬਾਰਡਰ ਬੈਲਟ ਆ ਉੱਥੇ ਇਹੋ ਜਿਹੇ ਪਰਿਵਾਰ ਅਸੀਂ ਦੇਖੇ ਜਿਹੜੇ ਅੱਜ ਵੀ ਰੋਂਦੇ ਆ, ਅਤੇ ਮੈਨੂੰ ਲੱਗਦਾ ਵੀ ਥੀਏਟਰ ਨਾਲ ਮੇਰਾ ਨਾਤਾ ਹੈਗਾ, ਹੈ ਨਾ, ਕਿਧਰੇ ਨਾ ਕਿਧਰੇ ਮੇਰਾ ਨਾਤਾ ਰਿਹਾ, ਚਾਹੇ ਲਿਖਣ 'ਚ ਰਿਹਾ। ਸਾਨੂੰ ਇਹ ਪਤਾ ਲੱਗ ਰਿਹਾ ਇੱਥੇ ਕਿ ਕਿਉਂਕਿ ਵਾਰ ਵਾਰ ਇੱਕੋ ਗੱਲ ਕਹਿ ਰਹੇ ਨੇ ਕਿ ਜਿਹੜਾ ਆਖਰਲਾ ਪੋਰਸ਼ਨ ਹੈ ਉਹ ਬਹੁਤ ਜ਼ਿਆਦਾ ਪਾਵਰਫੁਲ ਹੈ। ਸੋ ਥੈਂਕ ਯੂ ਸੋ ਮੱਚ, ਅਸੀਂ ਕਰਤਾਰਪੁਰ ਸਾਹਿਬ ਜਾ ਕੇ ਆਏ ਹਾਂ, ਮੱਥਾ ਟੇਕ ਕੇ ਆਏ, ਬਲੈਸਿੰਗਸ ਲੈ ਕੇ ਆਏ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਫਾਈਵ, ਅਤੇ ਮੇਰਾ ਨਾਮ ਹੈ ਪਰਿਣਾ ਖੰਨਾ। ਡਰਾਮੇ ਵਾਲੀ ਫਿਲਮ ਦੇ ਪ੍ਰੀਮੀਅਰ 'ਤੇ ਆਪਾਂ ਪਹੁੰਚ ਚੁੱਕੇ ਹਾਂ। ਚੜ੍ਹਦੇ ਪੰਜਾਬ ਦੇ ਕਲਾਕਾਰ ਵੀ ਮੌਜੂਦ ਨੇ ਅਤੇ ਲਹਿੰਦੇ ਪੰਜਾਬ ਦੇ ਕਲਾਕਾਰ ਵੀ ਮੌਜੂਦ ਨੇ ਇਸ ਫਿਲਮ ਵਿੱਚ। ਬਹੁਤ ਹੀ ਸੋਹਣੀ ਫਿਲਮ ਹੋਣ ਵਾਲੀ ਹੈ, ਟ੍ਰੇਲਰ ਨੂੰ ਤਾਂ ਤੁਸੀਂ ਬਹੁਤ ਜ਼ਿਆਦਾ ਪਿਆਰ ਦਿੱਤਾ। ਹੁਣ ਇੱਥੇ ਫਿਲਮ ਦੇਖਦੇ ਹਾਂ, ਆਰਟਿਸਟਾਂ ਨਾਲ ਗੱਲ ਕਰਦੇ ਹਾਂ ਕਿ ਉਹਨਾਂ ਨੂੰ ਇਹ ਫਿਲਮ ਕਿਵੇਂ ਦੀ ਲੱਗੀ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਅੱਜ ਅਸੀਂ ਜਿਸ ਦਿਨ ਦਾ ਇੰਤਜ਼ਾਰ ਕਰ ਰਹੇ ਸੀ ਉਹ ਦਿਨ ਹੈਗਾ, ਅੱਜ ਫਿਲਮ ਦਾ ਪ੍ਰੀਮੀਅਰ ਆ, ਅਸੀਂ ਲੋਕਾਂ ਦੇ ਸਾਹਮਣੇ ਦਰਸ਼ਕਾਂ ਦੇ ਸਾਹਮਣੇ ਫਿਲਮ ਲੈ ਕੇ ਆਏ ਹਾਂ। ਉਮੀਦ ਕਰਦੇ ਹਾਂ ਜੋ ਮਿਹਨਤ ਅਸੀਂ ਕੀਤੀ ਹੈ ਉਹ ਸਫਲ ਹੋਊਗੀ, ਲੋਕਾਂ ਦੇ ਦਿਲਾਂ 'ਚ ਅਸੀਂ ਜਗ੍ਹਾ ਬਣਾ ਸਕਾਂਗੇ ਆਪਣੀ ਫਿਲਮ ਰਾਹੀਂ। ਅਤੇ ਸਾਡੇ ਪ੍ਰੋਡਿਊਸਰ ਸਾਹਿਬ ਗਿੱਲ ਸਾਹਿਬ ਅਤੇ ਸਾਡੇ ਡਾਇਰੈਕਟਰ ਸਾਹਿਬ ਚੰਦਰ ਕੰਬੋਜ ਜੀ ਰਾਈਟਰ ਵੀ ਨੇ ਫਿਲਮ ਦੇ, ਸ਼ਰਨ ਕੌਰ ਫਿਲਮ ਦੇ ਵਿੱਚ ਲੀਡ ਭੂਮਿਕਾ ਨਿਭਾ ਰਹੇ ਨੇ, ਅਤੇ ਰਜਿੰਦਰ ਜੀ। ਅਤੇ ਉਮੀਦ ਕਰਦੇ ਹਾਂ ਕਿ ਫਿਲਮ ਪਸੰਦ ਆਊਗੀ ਸਾਰਿਆਂ ਨੂੰ, ਔਰ ਵਧੀਆ ਸਕ੍ਰਿਪਟ ਹੈ, ਵਧੀਆ ਕਹਾਣੀ ਹੈ, ਵਧੀਆ ਕਿਰਦਾਰ ਨੇ। ਬਸ ਅਸੀਂ ਤਾਂ ਇਸ ਵੇਲੇ ਫਿੰਗਰਸ ਕ੍ਰੋਸ ਨੇ ਸਾਡੇ, ਉਮੀਦ ਕਰਦੇ ਹਾਂ ਚੰਗੇ ਨਤੀਜੇ ਆਉਣ। ਯਾ ਮੈਂ ਬਹੁਤ ਖੁਸ਼ ਹਾਂ, ਬਿਕੋਜ਼ ਮੈਨੂੰ ਕਾਫੀ ਟ੍ਰੇਲਰ ਨੂੰ ਕਾਫੀ ਜ਼ਿਆਦਾ ਆਡੀਅੰਸ ਨੇ ਪਿਆਰ ਦਿੱਤਾ, ਔਰ ਮੈਨੂੰ ਐਡਵਾਂਸ ਬੁਕਿੰਗਸ ਦੇ ਵੀ ਮੈਸੇਜਸ ਆ ਚੁੱਕੇ ਆ। ਸੋ ਮੇਰੇ ਲਈ ਬਹੁਤ ਸਪੈਸ਼ਲ ਹੈ, ਬਿਕੋਜ਼ ਫਸਟ ਟਾਈਮ ਮੈਂ ਕਾਮੇਡੀ ਕਰ ਰਹੀ ਹਾਂ ਔਰ ਫਸਟ ਟਾਈਮ ਮੈਂ ਲਹਿੰਦੇ ਪੰਜਾਬੀ ਆਰਟਿਸਟਾਂ ਨਾਲ ਕੰਮ ਕਰ ਰਹੀ ਹਾਂ। ਇੱਕ ਬਹੁਤ ਵਧੀਆ ਇਮੋਸ਼ਨਲ, ਇੱਕ ਬਹੁਤ ਵਧੀਆ ਲਹਿੰਦੇ ਔਰ ਚੜ੍ਹਦੇ ਪੰਜਾਬ ਦੇ ਇੱਕ ਰਿਸ਼ਤੇ ਦੇ ਉੱਤੇ ਅਸੀਂ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ। ਸੋ ਮੈਨੂੰ ਪੱਕਾ ਸ਼ੋਰ ਹੈ ਕਿ ਆਡੀਅੰਸ ਨੂੰ ਬਹੁਤ ਜ਼ਿਆਦਾ ਪਸੰਦ ਆਊ। ਅਸੀਂ ਕਰਤਾਰਪੁਰ ਸਾਹਿਬ ਜਾ ਕੇ ਆਏ ਹਾਂ, ਮੱਥਾ ਟੇਕ ਕੇ ਆਏ, ਬਲੈਸਿੰਗਸ ਲੈ ਕੇ ਆਏ ਹਾਂ। ਅਸੀਂ ਖੁਸ਼ਕਿਸਮਤ ਸਮਝਦੇ ਹਾਂ ਆਪਣੇ ਆਪ ਨੂੰ ਕਿ ਸਾਨੂੰ ਉੱਥੇ ਜਾਣ ਦਾ ਮੌਕਾ ਮਿਲਿਆ। ਉੱਥੇ ਲਹਿੰਦੇ ਪੰਜਾਬ ਤੋਂ ਵੀ ਸਾਡੇ ਸਾਥੀ ਕਲਾਕਾਰ ਆਏ ਹੋਏ ਸੀ, ਉਹਨਾਂ ਨੇ ਬਹੁਤ ਨਿੱਘਾ ਸਵਾਗਤ ਕੀਤਾ ਸਾਡਾ, ਬੜੀ ਰੂਹਦਾਰੀ ਨਾਲ ਮਿਲੇ, ਉੱਥੋਂ ਫਿਰ ਯਾਦਾਂ ਲੈ ਕੇ ਆਏ ਹਾਂ। ਅਤੇ ਉਹ ਵੀ ਬਹੁਤ ਐਕਸਾਈਟਿਡ ਨੇ, ਉਹਨਾਂ ਲਈ ਵੀ ਇਹ ਫਿਲਮ ਇੱਕ ਵੱਡੀ ਫਿਲਮ ਹੈ, ਬੜੇ ਜ਼ੋਰਾਂ ਸ਼ੋਰਾਂ ਨਾਲ ਉਹਨਾਂ ਨੇ ਅਸੀਂ ਪ੍ਰਮੋਸ਼ਨ ਕੀਤੀ ਹੈ। ਅਤੇ ਕੱਲ੍ਹ ਵੀ ਗੱਲ ਹੋ ਰਹੀ ਸੀ ਉਹਨਾਂ ਨਾਲ, ਉਹ ਵੀ ਐਕਸਾਈਟਿਡ ਨੇ ਬਹੁਤ ਜ਼ਿਆਦਾ 19 ਤਰੀਕ ਲਈ। ਸੋ ਚੜ੍ਹਦੀ ਕਲਾ ਛੱਡੀ ਮਹਾਰਾਜ ਸਾਹਿਬ, ਜਿੰਨੀ ਅੱਜ ਖੁਸ਼ੀ ਸਾਨੂੰ ਹੈਗੀ ਓਨਾ ਡਰ ਵੀ ਹੈਗਾ ਅੰਦਰੋਂ, ਹੈ ਨਾ, ਵੀ ਲੋਕ ਹੁਣ ਕਿੱਦਾਂ ਚੀਜ਼ ਨੂੰ ਪਿਆਰ ਦੇਣਗੇ, ਬਟ ਸਾਨੂੰ ਉਮੀਦ ਪੂਰੀ ਹੈ ਵੀ ਲੋਕ, ਹਾਂ, ਜਿੰਨਾ ਜਿੰਨਾ ਟ੍ਰੇਲਰ ਨੂੰ ਲੋਕਾਂ ਨੇ ਹੰਗਾਰਾ ਦਿੱਤਾ, ਓਨਾ ਫਿਲਮ ਨੂੰ ਵੀ ਓਨਾ ਹੰਗਾਰਾ ਮਿਲ ਗਿਆ, ਅਸੀਂ ਸਕਸੈਸ ਹਾਂ। ਅਸੀਂ
ਹੁਣ ਇਹੋ ਗੱਲ ਕਰ ਰਿਹਾ ਸੀ ਮੈਂ ਸ਼ਰਨ ਹੋਰਾਂ ਨਾਲ, ਜੋ ਅਸੀਂ ਉਮੀਦ ਕੀਤੀ ਸੀ ਜਿਸ ਪਰਪਸ ਲਈ ਜਿਸ ਮਕਸਦ ਨੂੰ ਲੈ ਕੇ ਚੱਲੇ ਸੀ ਫਿਲਮ ਬਣਾਈ ਸੀ, ਸਾਨੂੰ ਇੱਦਾਂ ਲੱਗਦਾ ਹੈ ਕਿ ਦਰਸ਼ਕਾਂ ਨੇ ਦੇਖਣ ਵਾਲਿਆਂ ਨੇ ਉਹ ਰਿਸੀਵ ਕੀਤੀ ਹੈ, ਉਹ ਚੀਜ਼ ਹਾਸਿਲ ਕੀਤੀ ਹੈ ਅਤੇ ਜੋ ਸਾਨੂੰ ਫੀਡਬੈਕ ਮਿਲ ਰਹੀ ਹੈ ਅਸੀਂ ਉਸੇ ਸ਼ੁਕਰਗੁਜ਼ਾਰ ਹਾਂ। ਸਾਨੂੰ ਇਹ ਪਤਾ ਲੱਗ ਰਿਹਾ ਇੱਥੇ ਕਿ ਕਿਉਂਕਿ ਵਾਰ ਵਾਰ ਇੱਕੋ ਗੱਲ ਕਹਿ ਰਹੇ ਨੇ ਕਿ ਜਿਹੜਾ ਆਖਰਲਾ ਪੋਰਸ਼ਨ ਹੈ ਉਹ ਬਹੁਤ ਜ਼ਿਆਦਾ ਪਾਵਰਫੁਲ ਹੈ। ਸੋ ਥੈਂਕ ਯੂ ਸੋ ਮੱਚ, ਅਸੀਂ ਸ਼ੁਕਰਗੁਜ਼ਾਰ ਹਾਂ ਤੁਹਾਡੇ ਸਾਰਿਆਂ ਦੇ, ਅਤੇ ਸ਼ੁਕਰਗੁਜ਼ਾਰ ਹਾਂ ਰੱਬ ਦੇ ਕਿ ਸਾਨੂੰ ਚੰਗੀ ਫੀਡਬੈਕ। ਥੈਂਕ ਯੂ ਸੋ ਮੱਚ। ਹਾਂ ਮੈਂ ਹੁਣ ਹੁਣ ਇਹ ਗੱਲ ਮੈਂ ਕਹਿ ਸਕਦਾ ਕਿਉਂਕਿ ਮੈਂ ਜਿੱਦਾਂ ਕਹਿੰਦੇ ਨਾ ਬਲੋਨ ਦੇ ਟਾਈਮ ਇੰਨਾ ਚੀਜ਼ਾਂ ਨੇ, ਬਟ ਜਦੋਂ ਦੇਖਦੇ ਹਾਂ ਪਿਕਚਰਾਈਜ਼ ਨੂੰ, ਉਸ ਚੀਜ਼ ਦੇਖਦੇ ਹਾਂ ਤਾਂ ਮੈਨੂੰ ਲੱਗਦਾ ਵੀ ਥੀਏਟਰ ਨਾਲ ਮੇਰਾ ਨਾਤਾ ਹੈਗਾ, ਹੈ ਨਾ, ਕਿਧਰੇ ਨਾ ਕਿਧਰੇ ਮੇਰਾ ਨਾਤਾ ਰਿਹਾ, ਚਾਹੇ ਲਿਖਣ 'ਚ ਰਿਹਾ ਚਾਹੇ ਮੈਂ ਪਲੇਅ ਦੇਖਦਾ ਰਿਹਾ, ਹੈ ਨਾ। ਔਰ ਮੈਨੂੰ ਲੱਗਦਾ ਵੀ ਮੈਂ ਔਰ ਜੋ ਹਰੀਸ਼ ਜੀ ਦੀ ਸਪੋਰਟ ਨਾਲ, ਹੈ ਨਾ, ਕਿਉਂਕਿ ਇਹਨਾਂ ਦੀ ਬਹੁਤ ਸਪੋਰਟ ਰਹੀ ਆ ਔਰ ਇਹਨਾਂ ਦੀ ਸਪੋਰਟ ਨਾਲ ਜੋ ਮੈਂ ਕਰ ਪਾਇਆ ਔਰ ਉਹ ਅੱਜ ਦੇਖ ਕੇ ਮੈਨੂੰ ਲੱਗਦਾ ਵੀ ਅਸੀਂ ਕਿਧਰੇ ਨਾ ਕਿਧਰੇ ਜਾ ਕੇ ਸਕਸੈਸ ਹੋਏ। ਬਾਕੀ ਯੈਸ ਯੈਸ ਬਿਲਕੁਲ, ਬੜੀਆਂ ਸ਼ਰਾਰਤਾਂ ਹੁੰਦੀਆਂ ਸੀਗੀਆਂ ਸੈੱਟ 'ਤੇ, ਤੁਸੀਂ ਫਿਲਮ 'ਚ ਦੇਖਿਆ ਹੀ ਹੋਣਾ, ਉਹ ਕਿੱਥੇ ਰੁਕਦੇ ਨੇ, ਉਹ ਰੁਕਦੇ ਨਹੀਂ, ਉਹ ਬਸ ਘੋੜੇ ਭਜਾਈ ਚੱਲਦੇ ਨੇ ਆਪਣੇ, ਅਤੇ ਬਿਲਕੁਲ ਬੜਾ ਪਿਆਰ ਕਰਦੇ ਸੀ ਉਹ, ਬੜਾ ਬੜੀ ਮੁਹੱਬਤ ਨਾਲ ਪੇਸ਼ ਆਉਂਦੇ ਸੀ। ਮੈਨੂੰ ਉਹਨਾਂ ਨੇ ਜਦੋਂ ਵੀ ਮਿਲਣਾ ਓਏ ਨਿੱਕੂ ਇਹ ਕਹਿ ਕੇ ਬੁਲਾਉਂਦੇ ਸੀ, ਅਤੇ ਬੜਾ ਬੜਾ ਵਧੀਆ ਰਿਹਾ ਜੀ ਸਾਰਾ। ਮੇਰਾ ਐਕਸਪੀਰੀਅੰਸ ਆਈ ਥਿੰਕ ਜੋ ਅਸੀਂ ਮੈਨੂੰ ਲੱਗਦਾ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਔਰ ਉਹ ਅਸੀਂ ਡਿਲੀਵਰ ਕਰ ਪਾਇਆ ਉਸ ਚੀਜ਼ ਨੂੰ, ਰਾਈਟ। ਅਤੇ ਇੱਕ ਜੋ ਲੈਂਦੇ ਔਰ ਚੜ੍ਹਦੇ ਪੰਜਾਬ ਦੀ ਜੋ ਇੱਕ ਕਹਾਣੀ ਹੈ, ਮੈਨੂੰ ਲੱਗਦਾ ਇਸ ਮੂਵੀ ਦਾ ਹਿੱਸਾ ਬਣਨਾ ਹੀ ਮੇਰੇ ਲਈ ਵਧੀਆ ਗੱਲ ਆ ਕਿ ਇੱਕ ਬਹੁਤ ਵਧੀਆ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਔਰ ਮੈਂ ਖੁਦ ਬੜੀ ਇਮੋਸ਼ਨਲ ਹੋ ਗਈ ਕਿਉਂਕਿ ਅਸੀਂ ਬਚਪਨ ਤੋਂ ਇਹ ਗੱਲਾਂ ਆਪਣੇ ਵਡੇਰਿਆਂ ਤੋਂ ਸੁਣਦੇ ਆਏ ਹਾਂ ਔਰ ਅਸੀਂ ਸ਼ਾਇਦ ਉਹ ਪੇਨ ਨੂੰ ਫੀਲ ਨਹੀਂ ਕਰ ਸਕਦੇ ਜਿਨ੍ਹਾਂ ਨੇ ਉਹ ਫੇਸ ਕੀਤਾ ਆ, ਉਹ ਉਸ ਪੇਨ ਨੂੰ ਜ਼ਰੂਰ ਫੀਲ ਕਰ ਸਕਦੇ ਹੋਣਗੇ। ਸੋ ਅੱਜ ਆਉਣ ਵਾਲੀ ਜਨਰੇਸ਼ਨ ਆ ਉਹਨਾਂ ਨੂੰ ਜਿੱਦਾਂ ਨਹੀਂ ਪਤਾ ਇਸ ਚੀਜ਼ ਬਾਰੇ ਕਿ ਉਸ ਟਾਈਮ ਕੀ ਹੋਇਆ ਸੀ, ਤਾਂ ਆਈ ਥਿੰਕ ਉਹਨਾਂ ਲਈ ਵੀ ਇੱਕ ਬਹੁਤ ਵਧੀਆ ਮੈਸੇਜ ਹੋਊਗਾ। ਬਿਲਕੁਲ ਸਹੀ ਗੱਲ ਕਹੀ ਤੁਸੀਂ, ਮੈਂ ਜਦੋਂ ਥੀਏਟਰ ਕਰਦਾ ਸੀ ਉਦੋਂ ਮੈਂ ਕਈ ਤਰ੍ਹਾਂ ਦੇ ਕਿਰਦਾਰ ਨਿਭਾਏ, ਮੈਂ ਗੁਰਸ਼ਰਨ ਭਾਜੀ ਹੋਰਾਂ ਨਾਲ ਥੀਏਟਰ ਕਰਦਾ ਸੀ ਅਤੇ ਬੜੇ ਮੌਕੇ ਮਿਲੇ ਮੈਨੂੰ, ਉਸ ਤਜਰਬੇ ਨੇ ਹੀ ਮੈਨੂੰ ਇੱਥੇ ਇਸ ਕੈਰੈਕਟਰ ਨੂੰ ਪਰਫੋਰਮ ਕਰਨ ਦਾ ਜੋ ਆਈਡੀਆ ਕਹਿ ਲਓ ਜਾਂ ਜਾਂਚ ਕਹਿ ਲਓ ਦਿੱਤੀ, ਕਿਉਂਕਿ ਇੱਕ ਬਜ਼ੁਰਗ ਦਾ ਕੈਰੈਕਟਰ ਕਰਨਾ, ਇਹਦੇ ਵਿੱਚ ਮੈਂ ਕੋਸ਼ਿਸ਼ ਕੀਤੀ ਹੈ ਗੁਰਸ਼ਰਨ ਭਾਜੀ ਨੂੰ ਥੋੜ੍ਹਾ ਜਿਹਾ ਅੰਡਰਸਟੈਂਡ ਕਰਨ ਦੀ, ਭਾਜੀ ਨਾਲ ਮੈਂ ਬੜਾ ਵਕਤ ਬਿਤਾਇਆ, ਮੈਂ ਕੋਸ਼ਿਸ਼ ਕੀਤੀ ਕਿ ਭਾਜੀ ਹੋਰਾਂ ਦੀ ਗੱਲ ਹੈ, ਗੁਰਸ਼ਰਨ ਭਾਜੀ ਦੀ ਗੱਲ ਆ, ਉਹ ਇੱਦਾਂ ਦੀ ਗੱਲ ਕਰਦੇ ਸੀ ਅਤੇ ਉਹਨਾਂ ਦੇ ਅੰਦਾਜ਼ 'ਚ ਕਿਉਂ ਨਾ ਕੀਤੀ ਜਾਵੇ। ਸੋ ਉਹ ਜਿਹੜਾ ਪਹਿਲਾਂ ਐਕਸਪੀਰੀਅੰਸ ਲਿਆ ਹੋਇਆ ਥੀਏਟਰ ਟਾਈਮ ਦਾ, ਉਹਨੇ ਮੇਰੀ ਬੜੀ ਹੈਲਪ ਕੀਤੀ। ਦੇਖੋ ਜੀ, ਸਾਡੀ ਸਭ ਤੋਂ ਪਹਿਲਾਂ ਤਾਂ ਡਾਇਰੈਕਟਰ ਸਾਹਿਬ ਅਤੇ ਰਾਈਟਰ ਸਾਹਿਬ ਚੰਦਰ ਕਮੋਲ ਜੀ ਨੇ, ਇਹਨਾਂ ਨੇ ਔਰ ਸਾਡੀ ਸਾਰੀ ਟੀਮ ਨੇ ਜੋ ਐਕਟਰਸ ਨੇ, ਇਹਨਾਂ ਨੇ ਬੜਾ ਸਾਥ ਦਿੱਤਾ ਰਹਿੰਦੇ ਪੰਜਾਬ ਤੋਂ ਚੜ੍ਹਦੇ ਪੰਜਾਬ ਵਾਲਿਆਂ ਨੇ। ਐਕਚੁਅਲ 'ਚ ਕੀ ਹੈ ਕਿ ਅਸੀਂ ਰਹਿੰਦੇ ਹਾਂ ਬਾਰਡਰ 'ਤੇ,
ਔਰ ਜਿਹੜਾ ਅਸੀਂ ਬਾਰਡਰ 'ਤੇ ਰਹਿੰਦੇ ਹਾਂ, ਸਾਡੇ ਬਹੁਤ ਸਾਰੇ ਇਹੋ ਜਿਹੇ ਪਰਿਵਾਰ ਨੇ ਜਿਨ੍ਹਾਂ ਨਾਲ ਇਹ ਘਟਨਾਵਾਂ ਵਾਪਰੀਆਂ ਨੇ। ਮੈਂ ਇਸ ਤੋਂ ਪਹਿਲਾਂ ਵੀ ਇੱਕ ਚੈਨਲ ਨਾਲ ਗੱਲਬਾਤ ਕਰ ਰਿਹਾ ਸੀ, ਉੱਥੇ ਇਹ ਗੱਲਾਂ ਦੱਸੀਆਂ ਨੇ। ਹੁਣ ਅਸੀਂ ਇਹ ਤਾਂ ਨਹੀਂ ਕਹਿ ਸਕਦੇ ਕਿ ਰੀਅਲ ਸਟੋਰੀ ਹੈ, ਲੇਕਿਨ ਹਜ਼ਾਰਾਂ ਪਰਿਵਾਰ ਇਹੋ ਜਿਹੇ ਨੇ ਜਿਨ੍ਹਾਂ ਦੀ ਇਹ ਸਟੋਰੀ ਹੈ ਔਰ ਇਹ ਸੱਚ ਹੈ, ਜੋ ਕਿ ਦਬਾਇਆ ਗਿਆ, ਸਾਹਮਣੇ ਨਹੀਂ ਲਿਆਂਦਾ ਗਿਆ। ਖਾਸ ਕਰਕੇ ਸਾਡੇ ਜਿਹੜਾ ਬਾਰਡਰ ਬੈਲਟ ਆ, ਉੱਥੇ ਇਹ ਇਹੋ ਜਿਹੇ ਪਰਿਵਾਰ ਅਸੀਂ ਦੇਖੇ ਜਿਹੜੇ ਅੱਜ ਵੀ ਰੋਂਦੇ ਨੇ। ਅਸੀਂ ਇਸ ਤੋਂ ਪਹਿਲਾਂ ਇੱਕ ਕੋਸ਼ਿਸ਼ ਕੀਤੀ ਸੀ ਛੋਟਾ ਜਿਹਾ ਪ੍ਰੋਗਰਾਮ ਕਰਨ ਦੀ, ਜਿਹਦੇ ਵਿੱਚ ਇਹ ਦਰਦ ਆਏ, ਪਰ ਜਿੰਨਾ ਉਹਨਾਂ ਨੇ ਦਰਦ ਬਿਆਨ ਕੀਤਾ ਨਾ, ਉਸੇ ਦਿਨ ਅਸੀਂ ਇਹ ਸੋਚ ਲਿਆ ਸੀ ਵੀ ਅਸੀਂ ਇੱਕ ਇਹੋ ਜਿਹਾ ਕੰਸੈਪਟ ਲੈ ਕੇ ਆਉਣਾ ਜਿਹਦੇ ਵਿੱਚ ਸੱਚਾਈ ਬਿਲਕੁਲ ਚੱਲਦੀ। ਅਸੀਂ ਗੁਜ਼ਾਰਿਸ਼ ਕਰਦੇ ਹਾਂ ਕਿ ਸਮਾਂ ਕੱਢਿਓ ਆਪਣੇ ਕੀਮਤੀ ਸਮੇਂ 'ਚੋਂ ਔਰ ਪਰਿਵਾਰ ਨਾਲ ਜਾ ਕੇ ਫਿਲਮ ਦੇਖ ਕੇ ਆਇਓ। ਇਹ ਬਹੁਤ ਖੂਬਸੂਰਤ ਤਰੀਕੇ ਨਾਲ ਕੋਸ਼ਿਸ਼ ਕੀਤੀ ਗਈ ਹੈ ਕਿ ਇੱਕ ਸੁਨੇਹਾ ਦਿੱਤਾ ਜਾਵੇ, ਇੱਕ ਵਧੀਆ ਕਹਾਣੀ ਅਤੇ ਵਧੀਆ ਕਿਰਦਾਰਾਂ ਨਾਲ ਸਜੀ ਹੋਈ ਹੈ ਫਿਲਮ ਹੈ। ਉਮੀਦ ਕਰਦੇ ਹਾਂ ਕਿ ਤੁਹਾਨੂੰ ਪਸੰਦ ਆਵੇਗੀ। ਥੈਂਕ ਯੂ ਸੋ ਮਚ। ਥੈਂਕ ਯੂ ਸਾਰੇ ਮੀਡੀਆ ਦਾ। ਥੈਂਕ ਯੂ, ਧੰਨਵਾਦ। ਥੈਂਕ ਯੂ, ਤੁਹਾਡਾ ਸਾਰਾ।